ਕੁਲਦੀਪ ਸਿੰਘ ਵਡਾਲਾ ਦਾ ਹੋਇਆ ਅੰਤਮ ਸੰਸਕਾਰ। ਸੀਨੀਅਰ ਅਕਾਲੀ ਨੇਤਾ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਅੰਤਮ ਸੰਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਵਡਾਲਾ ਵਿਖੇ ਕੀਤਾ ਗਿਆ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਵਰਕਰਾਂ ਅਤੇ ਹੋਰ ਵੱਖ-ਵੱਖ ਸਿਆਸੀ ਦਲਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਕੁਲਦੀਪ ਸਿੰਘ ਵਡਾਲਾ ਦਾ ਕਦੇ ਵੀ ਘਾਟਾ ਪੂਰਾ ਨਹੀਂ ਹੋ ਸਕਦਾ। ਵਡਾਲਾ ਸਾਹਿਬ ਬਹੁਤ ਹੀ ਪੁਰਾਣੇ ਪਾਰਟੀ ਦੇ ਨਿਤੜਕ ਜਰਨੈਲ ਸੀ, ਉਹ ਅੱਜ ਆਪਣੇ ਵਿੱਚ ਨਹੀਂ ਰਹੇ। ਬਹੁਤ ਵੱਡਾ ਘਾਟ ਸਾਡੀ ਪਾਰਟੀ ਨੂੰ ਹੈ। ਉਹ ਉਸ ਸਮੇਂ ਦੇ ਲੀਡਰ ਸੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੰਘਰਸ਼ ਪਾਰਟੀ ਵਾਸਤੇ ਕੀਤਾ। ਉਹਨਾਂ ਨੇ ਜਿੰਨੀਆਂ ਸਾਲਾਂ ਜੇਲ੍ਹਾਂ ਖੱਟੀਆਂ, ਕੁਰਬਾਨੀਆਂ ਦਿੱਤੀਆਂ, ਜੋ ਵੀ ਇਸ਼ੂਸ ਪਬਲਿਕ ਦੇ ਸੀ ਉਹ ਉਠਾਉਂਦੇ ਸੀ ਅਤੇ ਜੇਲ੍ਹਾਂ 'ਚ ਜਾਂਦੇ ਸੀ, ਸੰਘਰਸ਼ ਕਰਦੇ ਸੀ। ਅਤੇ ਅੱਜ ਉਹ ਜਿਹੇ ਲੀਡਰ ਆਪਣੇ ਵਿੱਚ ਨਹੀਂ ਹੈ ਤਾਂ ਬਹੁਤ ਵੱਡੀ ਕਮੀ ਆਪਣੇ ਪੰਜਾਬ ਵਿੱਚ।